ਪਿੰਡ ਕੋਟ ਭਾਈ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿਆਹ ਨੂੰ ਹਲੇ 2 ਦਿਨ ਹੀ ਹੋਏ ਹੁੰਦੇ ਆ। ਜਿਹੜੀ ਐਂਬੂਲੈਂਸ ਉਹ ਕੋਟ ਭਾਈ ਵਾਲੇ ਮੁੰਡੇ ਨੂੰ ਲੈਣ ਗਈ ਸੀ, ਉਹਦੇ ਵਿੱਚ ਖਾਮੀਆਂ ਕੀ ਸੀ ਤੁਹਾਡੇ ਅਨੁਸਾਰ ਜੋ ਤੁਸੀਂ ਦੇਖਿਆ? ਸਭ ਤੋਂ ਵੱਡੀ ਖਾਮੀ ਤਾਂ ਉਹ 'ਚ ਅਨਟ੍ਰੇਨਡ ਸਟਾਫ ਦੀ ਹੈ। ਉਹ ਮੁੰਡਾ ਨਵਾਂ ਆਇਆ ਸੀ, ਉਹਨੂੰ ਨਹੀਂ ਪਤਾ ਸੀ ਆਕਸੀਜਨ ਕਿੱਥੋਂ ਆਨ ਕਰਨੀ ਹੈ, ਕਿਉਂ ਜਿਹੜਾ ਉਹ ਮਾਸਕ ਹੈ ਉਹ ਉਹਦੇ ਵਿੱਚ ਨਹੀਂ ਹੈਗਾ ਸੀ। ਐਂਬੂਲੈਂਸ ਭਾਵੇਂ 10 ਮਿੰਟਾਂ ਬਾਅਦ ਚਲੀ ਗਈ, ਪਰ ਜੇ ਉਹਦੇ ਵਿੱਚ ਬਚਾਉਣ ਵਾਲਾ ਸਮਾਨ ਨਹੀਂ ਮਾਰਨ ਵਾਲਾ ਸਮਾਨ ਹੈ। ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਐਂਬੂਲੈਂਸਾਂ ਪੰਜਾਬ ਦੇ ਵਿੱਚ ਜਿਹੜੀਆਂ ਇਹ 1,00,000 ਸੜਕਾਂ 'ਤੇ ਦੌੜ ਰਹੀਆਂ। ਸਟ੍ਰੈਚਰ ਹੈ ਕੀ ਇਹਦੇ ਪੈ ਕੇ ਕੋਈ ਗਰਭਵਤੀ ਔਰਤ ਕੀ ਇਹਦੇ ਸਹੀ ਸਲਾਮਤ ਵਗ ਜੂਗੀ ਹੋਸਪਿਟਲ? ਆਹ ਦੇਖੋ ਆਹ ਸੀਟ ਦੇ ਹਾਲਾਤ ਹੈ, ਹਲੇ ਹੋਰ ਵੀ ਇਹ ਉੱਪਰ ਨੂੰ ਚੱਕ ਕੇ ਇੱਕ ਮਿੰਟ ਮੈਂ ਦਿਖਾਉਣਾ। ਆਹ ਦੱਸੋ ਇਹਦੇ ਬੰਦਾ ਕਿੱਦਾਂ ਬਾਈ ਜੀ, ਕੋਈ ਇਹਨੂੰ 100 ਤੇ 80 ਤੇ ਲੈ ਜੂਗਾ ਕੋਈ ਬੰਦਾ? ਹੁਣ ਤੁਸੀਂ ਦੱਸੋ ਇਹ ਸਰਕਾਰ ਜਾਂ ਇਹ ਕੰਪਨੀ ਵੇਟ 'ਚ ਹੈ ਵੀ ਇਹ ਵੀ ਕਿਸੇ ਦਾ ਚਿਰਾਗ ਬੁਝਾਊਗੀ, ਫਿਰ ਉਦੋਂ ਬਾਅਦ ਇਹਨੂੰ ਕਿਸੇ ਕੰਮ 'ਤੇ ਲਾਵਾਂਗੇ, ਫਿਰ ਇਹਦੇ ਵਿੱਚ ਸਮਾਨ ਪੂਰਾ ਕਰਾਂਗੇ। ਇਹ ਤਾਂ ਹਰ ਰੋਜ਼ ਪੰਜਾਬ ਦੇ ਕਿਤੇ ਗੈਂਗਵਾਰ 'ਚ ਮਾਰੇ ਜਾਂਦੇ ਆ, ਕਿਤੇ ਕਾਸੇ 'ਚ। ਆਹ ਜਿਹੜੀ ਤੁਸੀਂ ਠੇਕਾ ਦੇ ਰੱਖਿਆ ਜਿਹੜੀ ਕੰਪਨੀ ਨੂੰ, ਇਹੀ ਪੰਜਾਬ ਦੇ ਧੀ ਪੁੱਤ ਮਾਰ ਰਹੀ ਹੈ, ਅਤੇ ਫਿਰ ਮਾਨ ਸਾਹਿਬ ਕਿੱਧਰ ਜਾਈਏ ਅਸੀਂ? 40 ਬੰਦੇ ਪੰਜਾਬ ਦੇ ਕੱਢ ਕੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਰੱਖ ਰਹੇ ਆ, ਕੀ ਇਹ ਕਾਨ ਨਹੀਂ ਗਾ? ਤਾਂ ਉਹਨੇ ਬੜੇ ਇਹਨਾਂ ਦੇ ਹਾੜੇ ਕੱਢੇ ਵੀ ਆ। ਸਾਨੂੰ ਪ੍ਰਾਈਵੇਟ ਮੇਰੇ ਗਵਾਂਢ ਦਾ ਮੁੰਡਾ ਇਹ ਪਟਵਾਰੀ ਸਾਹਿਬ ਹੈ, ਪਟਵਾਰੀ ਦਾ ਬੇਟਾ ਇਹ, ਉਹਨਾਂ ਨੂੰ ਲੈ ਜਾਂਦੇ ਹੋ ਦਿੱਲੀ ਹਾਰ 'ਚ? ਤਾਂ ਉਹਨਾਂ ਨੇ ਬਾਈ ਜੀ ਘੱਟੋ ਘੱਟ 8-10 ਮਿੰਟ ਸਾਡੀ ਉਹ ਫੋਨ 'ਤੇ ਉਹਨਾਂ ਨੇ ਵੇਟ ਕਰਵਾਈ, ਉਹ ਪਰਮਿਸ਼ਨ ਨਹੀਂ ਦਿੱਤੀ ਲੈ ਕੇ ਜਾਓ ਦਿੱਲੀ ਹਾਰ 'ਚ। ਹੁਣ ਉੱਥੇ ਉੱਥੇ ਸਾਹ ਲੈ ਰਿਹਾ ਪੇਸ਼ੈਂਟ, ਮੁੰਡਾ ਹੈਗਾ ਵਿਚਾਰਾ ਨੌਜਵਾਨ, ਅਸੀਂ ਲੈ ਜਾਂਦੇ ਹਾਂ ਜੇਕਰ ਪਿੱਛੇ ਕੋਈ ਨਾ ਆਇਆ, ਕੋਈ ਪਿੱਛੇ ਨਾ ਆਇਆ ਤੇ ਫਿਰ ਸਰ ਬਿੱਲ ਵਗੈਰਾ ਕੌਣ ਪੇ ਕਰੇਗਾ ਜਿਹਨਾਂ ਦਾ? ਇਹਨਾਂ ਨੇ ਬਾਰ ਬਾਰ ਉਹਨਾਂ ਨੇ ਕਿਹਾ ਵੀ ਸਪੀਡ ਲਿਮਿਟ 80 ਤੇ ਜਾ ਰਹੀ ਆ ਸਰ, ਤੁਸੀਂ 70 ਤੋਂ ਥੱਲੇ ਕਰੋ। ਉਹ ਕਹਿ ਰਿਹਾ ਜੀ ਸੀਰੀਅਸ ਆ, ਨਹੀਂ ਜੀ ਇਹਨੂੰ 60 ਤੋਂ ਕਿਉਂ ਰੱਖਦੇ ਆ, ਇਹਦੀ ਐਵਰੇਜ ਦਾ ਚੱਕਰ ਨਾ, ਥੋੜੀ ਸਪੀਡ ਨਾ 80+ ਜਾ ਰਹੀ ਹੈ। ਉਹ ਸਰ ਅਸੀਂ ਸਪੀਡ ਲਈ ਹੋਈ ਹੈ ਸਰ, ਹੈਡ ਇੰਜਰੀ ਪੇਸ਼ੈਂਟ ਹੈ ਗੱਡੀ ਵਿੱਚ ਸਰ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਲੇਕਿਨ ਤੁਸੀਂ ਪੁਲਿਸ ਰਿਕੁਐਸਟ ਵਾਲੀ ਗੱਲ ਹੈ ਕਿ ਆਪਣਾ ਤੁਸੀਂ 70 ਤੋਂ ਡਾਊਨ ਚੱਲਿਆ ਕਰੋ, 80+ ਨਾ ਜਾਇਆ ਕਰੋ ਸਪੀਡ ਆਪਣੀ ਲੈ ਕੇ। ਆ ਦੇਖਣਾ ਤੁਸੀਂ 1-2 ਦਿਨਾਂ ਤੱਕ ਕੋਈ ਹੋਰ ਐਕਸੀਡੈਂਟ ਹੋਣਾ ਜਿੱਥੇ ਕਿਸੇ ਪੰਜਾਬ ਦੇ ਨੌਜਵਾਨ ਦੀ ਧੀ ਦੀ ਬੱਚੇ ਦੀ ਮੌਤ ਹੋਣੀ ਹੈ, ਪਰ ਮੈਨੂੰ ਲੱਗਦਾ ਇਸ ਕੰਪਨੀ ਖਿਲਾਫ਼ ਫਿਰ ਵੀ ਕਿਸੇ ਨੇ ਆਵਾਜ਼ ਨਹੀਂ ਉਠਾਉਣੀ। ਜਿਹੜੇ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਟਰਮੀਨੇਸ਼ਨ ਲੈਟਰ ਜਾਂ ਫਿਰ ਜੋ ਵੀ ਉਹਨਾਂ ਦੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਆ ਰਹੀਆਂ। ਕਹਿ ਰਹੇ ਆ ਨਾ ਵੀ ਇੱਕ ਗੱਡੀ 'ਚ ਸਾਡਾ ਸਮਾਨ ਨਹੀਂ। ਆਹ ਦੇਖੋ ਤੁਸੀਂ, ਸਕਸ਼ਨ ਮਸ਼ੀਨ ਨੋਟ ਅਵੇਲੇਬਲ, ਨੋਟ ਵਰਕਿੰਗ, ਨੋਟ ਅਵੇਲੇਬਲ, ਨੋਟ ਵਰਕਿੰਗ। ਜਿਹੜੀ ਉਹ ਐਂਬੂਲੈਂਸ ਕਿਸੇ ਘਰ ਦਾ ਚਿਰਾਗ ਬੁਝਾ ਕੇ ਅਤੇ ਉਹਨੂੰ ਕੱਲ੍ਹ ਕੰਮ ਲਈ ਲਾਇਆ ਗਿਆ ਵਰਕਸ਼ਾਪ 'ਤੇ, ਉਹਦਾ 20-25 ਹਜ਼ਾਰ ਦਾ ਬਿੱਲ ਬਣਿਆ, ਅਤੇ ਕੀ ਉਹ ਠੀਕ ਕਰਵਾ ਦਿੱਤੀ? ਉਹਦੇ ਵਿੱਚ ਹਲੇ ਵੀ ਦਵਾਈਆਂ ਦੀ ਘਾਟ ਹੈ। ਕੀ ਉਹਦੇ ਟਾਇਰ ਪਵਾਉਣ ਨਾਲ, ਇੰਜਨ ਦਾ ਕੰਮ ਕਰਾਉਣ ਨਾਲ ਉਹ ਕਿਸੇ ਦੀ ਜਾਨ ਬਚਾ ਜੂਗੀ? ਕੋਟਾ PB-PB-51-12 ਇਹ ਗੱਡੀ 8-1-23 ਤੋਂ ਥਾਣਾ ਜੈਤਵਾਲ ਵਿਖੇ ਖੜੀ ਹੈ ਅਤੇ ਇਹਦੀ ਹਾਜ਼ਰੀ ਲੱਗ ਰਹੀ ਹੈ। ਇਹ ਵਾਰ ਵਾਰ ਅਸੀਂ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ, ਪਤਾ ਨਹੀਂ ਕਿੰਨੀਆਂ ਲਿਸਟਾਂ ਜਿਹੜੀਆਂ ਸਾਲ ਸਾਲ ਤੋਂ ਗੱਡੀਆਂ ਬੰਦ ਹੈ ਉਹਨਾਂ 'ਤੇ ਹਾਜ਼ਰੀ ਲਾਈ ਜਾ ਰਹੀ ਹੈ। ਇਹ ਜਾਂਚ ਦਾ ਵਿਸ਼ਾ ਨਹੀਂ, ਸਿੱਧਾ ਹੀ ਪਰਚਾ ਬਣਦਾ, ਜਾਂਚ ਕੀ ਕਰਨੀ ਹੈ, ਸਿੱਧਾ ਪਰਚਾ ਬਣਦਾ, ਪਰ ਇਹਨਾਂ 'ਤੇ ਕਰ ਨਹੀਂ ਰਹੇ। CM ਸਾਹਿਬ ਨੂੰ, ਇਹਨਾਂ ਦੇ ਮੰਤਰੀਆਂ ਨੂੰ ਅਸੀਂ ਵਾਰ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਘੱਟੋ ਘੱਟ ਸਾਡੀਆਂ ਤਨਖਾਹਾਂ ਤੁਸੀਂ ਜਦੋਂ ਵਧਾਓਗੇ ਦੇਖੀ ਜਾਓ, ਇਹਦੇ ਖਿਲਾਫ਼ ਘੱਟੋ ਘੱਟ ਕਾਰਵਾਈ ਤਾਂ ਘੱਟੋ ਘੱਟ ਕਰੋ ਨਾ। ਕੰਪਨੀ ਤਾਂ ਕਹਿੰਦੀ ਹੋਊਗੀ ਕਿ ਸਾਡੀ ਤਾਂ ਕੋਈ ਗਲਤੀ ਨਹੀਂ, ਸਿਸਟਮ ਦੀ ਤਾਂ ਕੋਈ ਗਲਤੀ ਨਹੀਂ, ਉਹ ਤਾਂ ਇਹ ਕਹਿਣਗੇ। ਉਹ ਕਿਉਂ ਕਹਿਣਗੇ ਵੀ ਸਾਡੇ ਕਰਕੇ ਹੋਇਆ? 2021 ਤੋਂ ਲੈ ਕੇ 2023 ਤੱਕ 10-12 ਕਰੋੜ ਇਸ ਕੰਪਨੀ ਨੂੰ ਪੇ ਕਰ ਚੁੱਕੀ ਹੈ ਸਰਕਾਰ। ਕੀ ਕਾਹਦੇ 'ਤੇ ਪੇ ਕੀਤਾ, ਕੁਛ ਤਾਂ ਦੇਖ ਲੈਂਦੇ। ਤਾਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਗੁਰਖਪਾਲ ਸਿੰਘ।
ਪਿਛਲੇ ਦਿਨੀ ਪਿੰਡ ਕੋਟ ਭਾਈ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿਆਹ ਨੂੰ ਹਲੇ 2 ਦਿਨ ਹੀ ਹੋਏ ਹੁੰਦੇ ਆ। ਤਾਂ ਇਸ ਗੱਲ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਉਸ ਪਰਿਵਾਰ ਨਾਲ, ਉਸਨਾਂ ਮਾਪਿਆਂ ਨਾਲ ਹਮਦਰਦੀ ਆ ਜਿਹੜੀ ਜ਼ਾਹਿਰ ਕੀਤੀ ਗਈ ਕਿ ਉਸ ਨੌਜਵਾਨ ਦੀ ਐਕਸੀਡੈਂਟ ਦੌਰਾਨ ਮੌਤ ਹੋਈ ਸੀ। ਪਰ ਹੁਣ ਜੋ ਐਂਬੂਲੈਂਸ ਚਾਲਕ ਨੇ, ਐਂਬੂਲੈਂਸ ਚਾਲਕਾਂ ਦੀ ਜਿਹੜੀ ਯੂਨੀਅਨ ਹੈ, ਉਹਨਾਂ ਦੇ ਪ੍ਰਧਾਨ ਨੇ ਅਮਨਦੀਪ ਸਿੰਘ, ਜਿਹੜੇ ਦਾਅਵਾ ਕਰਦੇ ਨੇ ਕਿ ਐਂਬੂਲੈਂਸ ਦੀ ਹਾਲਤ ਖਸਤਾ ਹੋਣ ਕਾਰਨ, 108 ਐਂਬੂਲੈਂਸ ਆ ਜਿਹੜੀ, ਉਹਦੀ ਹਾਲਤ ਖਸਤਾ ਹੋਣ ਕਾਰਨ ਉਸ ਨੌਜਵਾਨ ਦੀ ਜਾਨ ਗਈ ਆ। ਅਗਰ ਐਂਬੂਲੈਂਸ ਸਹੀ ਹੁੰਦੀ, ਅਗਰ ਐਂਬੂਲੈਂਸ ਦੇ ਵਿੱਚ ਸਹੀ ਇਕਿਊਪਮੈਂਟ ਹੁੰਦੇ ਤਾਂ ਉਸ ਨੌਜਵਾਨ ਦੀ ਜਿਹੜੀ ਜਾਨ ਆ ਉਹ ਬਚ ਸਕਦੀ ਸੀ। ਅਮਨਦੀਪ ਸਿੰਘ ਸਾਡੇ ਨਾਲ ਆ, ਇਹਨਾਂ ਨਾਲ ਗੱਲਬਾਤ ਕਰਦੇ। ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਜਿਹੜਾ ਉਹ ਐਕਸੀਡੈਂਟ ਹੋਇਆ, ਉਸ ਐਕਸੀਡੈਂਟ ਨੇ ਇੱਕ ਵਾਰੀ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖਤਾ। ਜਿਹੜੀ ਉਸ ਨੌਜਵਾਨ ਦੀ ਮੌਤ ਹੋਈ ਹੈ, ਜਿਹਦੇ ਹਜੇ ਵਿਆਹ ਨੂੰ ਵੀ 2 ਦਿਨ ਹੋਏ ਸੀ, ਸ਼ੇਰਵਾਨੀ ਮੋੜ ਨੂੰ ਮੁੰਡਾ ਚੱਲਿਆ ਸੀਗਾ, ਵਾਪਸ ਆ ਰਿਹਾ ਸੀਗਾ। ਸੋ ਕੀ ਤੁਸੀਂ, ਤੁਹਾਡਾ ਕੀ ਕਹਿਣਾ ਕਿ ਉਹਦੀ ਮੌਤ ਦੇ ਜਿਹੜੇ ਕਾਰਨ ਤੁਹਾਡੇ ਅਨੁਸਾਰ ਕੀ ਬਣੇ? ਜੀ, ਪਹਿਲਾਂ ਤਾਂ ਪੰਜਾਬ ਦੇ ਲਈ ਨਹੀਂ, ਪੂਰੇ ਆਪਾਂ ਦੇਸ਼ ਲਈ ਕਹਿ ਦਈਏ, ਬਹੁਤ ਦੁਖਦਾਈ ਖਬਰ ਹੈ ਜਿਹੜੀ ਵਿਆਹ ਤੋਂ 2 ਦਿਨ ਬਾਅਦ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਣੀ। ਦੇਖੋ, ਕੁਦਰਤ ਆਪਾਂ ਕਹੀਏ ਵੀ ਕੁਦਰਤ ਕਾਰਨ ਹੋਇਆ, ਉਹ ਇੱਕ ਪਾਸੇ ਹੈ। ਕੁਦਰਤ ਨੇ ਕਦੋਂ ਲੈ ਜਾਣਾ ਕਿਸੇ ਨੂੰ, ਕਦੋਂ ਜਨਮ ਦੇਣਾ, ਕਦੋਂ ਲੈ ਜਾਣਾ, ਉਹ ਇੱਕ ਵੱਖਰੀ ਗੱਲ ਹੈ। ਪਰ ਜਦੋਂ ਉਹਦੇ ਕਾਰਨ ਆਪਾਂ ਨੂੰ ਪਤਾ ਲੱਗ ਜਾਣ, ਸਾਫ਼ ਹੋ ਜਾਣ ਵੀ ਇਹਦੇ ਕਾਰਨ ਜਿਹੜੀ ਇਹਦੀ ਜਾਨ ਗਈ ਹੈ, ਤਾਂ ਫਿਰ ਉਹ ਕਿਤੇ ਨਾ ਕਿਤੇ ਆਪ ਨੂੰ ਮਹਿਸੂਸ ਹੁੰਦਾ ਵੀ ਆਹ ਕਾਰਨ ਕਰਕੇ ਅਸੀਂ ਉਹਦੇ ਘਰ ਜਾ ਕੇ ਆਏ ਹਾਂ, ਉਹਦੇ ਮਾਤਾ ਪਿਤਾ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਮਿਲ ਕੇ ਆਏ ਹਾਂ, ਤਾਂ ਜਿਹੜਾ ਘਰ ਦਾ ਮਾਹੌਲ ਦੇਖ ਕੇ ਆਪਦਾ ਵੀ ਆਪਣਾ ਵੀ ਮਨ ਨਹੀਂ ਲੱਗ ਰਿਹਾ। ਕਿਉਂਕਿ ਦੋ ਦਿਨਾਂ ਤੋਂ ਅਸੀਂ ਸਾਰੀਆਂ ਦੇਖ ਰਹੇ ਸੀ ਵੀਡੀਓ, ਐਂਬੂਲੈਂਸ ਕਾਰਨ ਜਾਣ ਗਈ ਹੈ, ਤਾਂ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਜਿਹੜਾ ਇਹਦਾ ਕਾਰਨ ਹੈ, ਸਾਡੀ ਸਟ੍ਰਾਈਕ ਵੱਖਰੀ ਹੈ, ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ, ਉਹ ਵੱਖਰੀ ਹੈ, ਉਹ ਲੜਾਈ ਚੱਲੀ ਜਾਊਗੀ, ਸਾਨੂੰ ਪੱਕੇ ਕਰਨ ਨਾ ਕਰਨ, ਮਾਨ ਸਾਹਿਬ ਸਾਨੂੰ ਹੱਕ ਦੇਣ ਨਾ ਦੇਣ। ਪਰ ਇਹਦੇ ਵਿੱਚ ਜਿਹੜੀਆਂ ਮੌਤਾਂ ਜਾਂ ਜਿਹੜੀ ਉਹ ਮੌਤ ਕੱਲ੍ਹ ਹੋਈ ਹੈ, ਉਹਦੇ ਲਈ ਸਾਡਾ ਬੋਲਣਾ ਜਿਹੜਾ ਉਹ ਫਰਜ਼ ਬਣਦਾ। ਇਸੇ ਲਈ ਅਸੀਂ ਇੱਕ ਕੱਲ੍ਹ ਵੀ ਚੈਨਲ 'ਤੇ ਇੰਟਰਵਿਊ ਕੀਤੀ ਸੀ, ਅਤੇ ਅੱਜ ਵੀ ਤੁਹਾਡਾ ਧੰਨਵਾਦ ਹੈ ਕਿ ਇਸ ਨੂੰ ਜਿਹੜੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ। ਉਹ 'ਚ ਬਾਈ ਜੀ ਇਹ ਗੱਲ ਸੀ ਵੀ ਜਿਹੜੀ ਐਂਬੂਲੈਂਸ ਹੈ ਉਹ ਕਾਫੀ ਇਹਨਾਂ ਦੀਆਂ ਜਿਹੜੀਆਂ ਸਰਕਾਰ ਨੂੰ ਇਹ ਕਹਿੰਦੇ ਆ, ਪਤਾ ਨਹੀਂ ਹਜੇ ਭੇਜੀ ਹੈ, ਇਹਨਾਂ ਨੇ ਕੰਡਮ ਕਰਾਰ ਦਿੱਤੀ ਹੈ, ਅਸੀਂ ਲਿਸਟਾਂ ਭੇਜੀਆਂ। ਜੇ ਉਹ ਲਿਸਟਾਂ ਭੇਜੀਆਂ ਤਾਂ ਫਿਰ ਇਹ ਪੈਸਾ ਕਿਹੜੀ ਗੱਲੋਂ ਲੈ ਰਹੇ ਆ ਪੰਜਾਬ ਸਰਕਾਰ ਤੋਂ? ਜਿਹੜੀਆਂ ਇਹ ਐਂਬੂਲੈਂਸ ਹੈ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਇਹ ਐਂਬੂਲੈਂਸ ਕੰਡਮ ਕੀਤੀਆਂ ਹੋਈਆਂ, ਤਾਂ ਉਹ ਕਾਗਜ਼ਾਂ ਦੇ ਵਿੱਚ ਕੰਡਮ ਹੈ ਅਤੇ ਉਹਨਾਂ ਨੂੰ ਚੱਲਦੀਆਂ ਦਿਖਾਇਆ ਜਾ ਰਿਹਾ? ਬਿਲਕੁਲ ਚੱਲਦੀਆਂ ਦਿਖਾਇਆ ਜਾ ਰਿਹਾ। 1,45,000 ਰੁਪਈਆ ਜਿਹੜਾ ਇੱਕ ਐਂਬੂਲੈਂਸ ਦਾ ਜਿਹੜੀ ਇਹ ਕੰਪਨੀ ਲੈ ਰਹੀ ਹੈ, ਉਸ ਤੋਂ ਉੱਪਰ ਜਿਹੜਾ ਇਨਸੈਂਟਿਵ, ਅਤੇ ਉਹਦੇ ਵਿੱਚ ਜੇ 1,00,000 ਤੁਸੀਂ 45,000 ਲੈ ਰਹੇ ਹੋ, ਤਾਂ ਕੀ ਉਹਦੇ ਵਿੱਚ ਤੁਹਾਡਾ ਫਰਜ਼ ਨਹੀਂ ਬਣਦਾ? ਉਹਦੇ ਵਿੱਚ ਜੋ ਇਕਿਊਪਮੈਂਟਸ ਹੈ, ਉਹਦੇ ਵਿੱਚ ਦਵਾਈਆਂ, ਉਹਦੇ ਵਿੱਚ ਜੋ ਮਰੀਜ਼ ਨੂੰ ਬਚਾਉਣ ਲਈ ਸਮਾਨ ਚਾਹੀਦਾ, ਤਾਂ ਤੁਸੀਂ ਕਿਉਂ ਨਹੀਂ ਪ੍ਰੋਵਾਈਡ ਕਰਾ ਰਹੇ? ਜਿਹੜੀ ਐਂਬੂਲੈਂਸ ਉਹ ਕੋਟ ਭਾਈ ਵਾਲੇ ਮੁੰਡੇ ਨੂੰ ਲੈਣ ਗਈ ਸੀ, ਉਹਦੇ ਵਿੱਚ ਖਾਮੀਆਂ ਕੀ ਸੀ ਤੁਹਾਡੇ ਅਨੁਸਾਰ ਜੋ ਤੁਸੀਂ ਦੇਖਿਆ? ਸਭ ਤੋਂ ਵੱਡੀ ਖਾਮੀ ਤਾਂ ਉਹ 'ਚ ਅਨਟ੍ਰੇਨਡ ਸਟਾਫ ਦੀ ਹੈ। ਇਹਨਾਂ ਨੇ ਕੀ ਕਰਿਆ, ਕੰਪਨੀ ਨੇ ਸਾਡੀ ਸਟ੍ਰਾਈਕ ਚੱਲਦੀ ਹੈ, ਸਾਡੇ ਡਰਾਈਵਰ ਵੀ ਅੱਜ ਇੰਨੇ ਤਜਰਬੇਕਾਰ ਹੋ ਚੁੱਕੇ ਆ ਵੀ ਜੇ ਕੋਈ ਡਿਲੀਵਰੀ ਕਰਾਉਣੀ ਹੈ ਜਾਂ ਕਿਸੇ ਨੂੰ ਫਸਟ ਏਡ ਦੇਣੀ ਹੈ ਐਕਸੀਡੈਂਟ ਕੇਸ ਦੇ ਵਿੱਚ, ਤਾਂ ਉਹ ਇੱਕ RMP ਡਾਕਟਰ ਦੇ ਤੌਰ 'ਤੇ ਕੰਮ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਤਜਰਬਾ, ਚਲੋ ਜਿਹੜੇ EMT ਸਟਾਫ ਆ ਉਹ ਤਾਂ ਹੈਗਾ ਹੀ ਹੈਗਾ। ਉਹ ਮੁੰਡਾ ਨਵਾਂ ਆਇਆ ਸੀ, ਉਹਨੂੰ ਨਹੀਂ ਪਤਾ ਸੀ ਆਕਸੀਜਨ ਕਿੱਥੋਂ ਆਨ ਕਰਨੀ ਹੈ, ਕਿਉਂਕਿ ਇਹਨਾਂ ਨੇ ਕੀ ਕਰਿਆ, ਸਾਨੂੰ ਕੱਢ ਕੇ 30-40 ਬੰਦਿਆਂ ਨੂੰ, ਅਤੇ ਇਹਨਾਂ ਨੇ ਸਰਕਾਰ ਦੀਆਂ ਨਜ਼ਰਾਂ 'ਚ ਇਹ ਸ਼ੋਅ ਕਰਨਾ ਵੀ ਅਸੀਂ ਐਂਬੂਲੈਂਸਾਂ 'ਤੇ ਸਟਾਫ ਆ ਜਿਹੜਾ ਉਹ ਤਨਾਤ ਆ, ਅਸੀਂ ਸੇਵਾਵਾਂ ਦੇ ਰਹੇ ਹਾਂ। ਹਾਲਾਂਕਿ ਅਸੀਂ ਤਾਂ ਐਂਬੂਲੈਂਸਾਂ
ਬੰਦ ਹੀ ਨਹੀਂ ਕਰਵਾਈਆਂ, ਅਸੀਂ ਤਾਂ ਉਸੇ ਤਰ੍ਹਾਂ ਹੀ ਸੇਵਾਵਾਂ ਜਾਰੀ ਹੈ, ਪਰ ਇਹਨਾਂ ਨੇ ਉਹ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਹੈ ਉਹ ਜਾਰੀ ਰੱਖੀ ਹੈ ਅਤੇ ਨਵਾਂ ਬੰਦਾ ਇਹ 'ਚ ਪ੍ਰੋਵਾਈਡ ਕਰਾਇਆ ਜਿਹਨੂੰ ਇਹ ਨਹੀਂ ਪਤਾ ਸੀ ਆਕਸੀਜਨ ਕਿੱਥੋਂ ਆਉਣ ਹੁੰਦੀ ਹੈ, ਜਿਹੜਾ ਉਹ ਮਾਸਕ ਹੈ ਉਹ ਉਹਦੇ ਵਿੱਚ ਨਹੀਂ ਹੈਗਾ ਸੀ, ਅਸੀਂ ਹੁੰਦੇ ਤਾਂ ਸ਼ਾਇਦ ਉਹਦਾ ਕੋਈ ਹੋਰ ਦੂਸਰਾ ਹੱਲ ਹੋਰ। ਆਕਸੀਜਨ ਸਿਲੰਡਰ ਦੇ ਜਿਹੜਾ ਮੂਹਰੇ ਮਾਸਕ ਲੱਗਦਾ ਉਹ ਮਾਸਕ ਹੈ ਨਹੀਂ ਸੀ? ਨਹੀਂ ਨਹੀਂ ਉਹ ਮਾਸਕ ਹੈ ਨਹੀਂ ਸੀ, ਜਿਹੜਾ ਆਕਸੀਜਨ ਮਾਸਕ ਜਿਹੜਾ ਆਪਣੇ ਮੂੰਹ ਦੇ ਕਵਰ ਹੁੰਦਾ ਉਹ ਨਹੀਂ ਸੀਗਾ ਉਹਦੇ ਵਿੱਚ, ਅਤੇ ਉਹਦੀ ਘਾਟ ਕਾਰਨ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਜਿਹੜਾ ਸਾਡਾ ਪੰਜਾਬ ਦਾ ਪੁੱਤ ਹੈ ਉਹ ਚਲਾ ਗਿਆ, ਕਿਸੇ ਘਰ ਦਾ ਚਿਰਾਗ ਬੁਝਿਆ ਇਸ ਕੰਪਨੀ ਕਾਰਨ। ਉਹਦੇ ਉਹ ਐਂਬੂਲੈਂਸ ਭਾਵੇਂ 10 ਮਿੰਟਾਂ ਬਾਅਦ ਚਲੀ ਗਈ, ਪਰ ਜੇ ਉਹਦੇ ਵਿੱਚ ਬਚਾਉਣ ਵਾਲਾ ਸਮਾਨ ਨਹੀਂ ਮਾਰਨ ਵਾਲਾ ਸਮਾਨ ਹੈ, ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਐਂਬੂਲੈਂਸਾਂ ਪੰਜਾਬ ਦੇ ਵਿੱਚ ਜਿਹੜੀਆਂ ਇਹ 1,00,000 ਸੜਕਾਂ 'ਤੇ ਦੌੜ ਰਹੀਆਂ, ਅਤੇ ਤੁਸੀਂ ਦੇਖਿਓ ਜਿਹੜੀ ਉਹ ਐਂਬੂਲੈਂਸ ਕਿਸੇ ਘਰ ਦਾ ਚਿਰਾਗ ਬੁਝਾ ਕੇ ਅਤੇ ਉਹਨੂੰ ਕੱਲ੍ਹ ਕੰਮ ਲਈ ਲਾਇਆ ਗਿਆ ਵਰਕਸ਼ਾਪ 'ਤੇ, ਉਹਦਾ 20,000 ਤੋਂ 25,000 ਦਾ ਬਿੱਲ ਬਣਿਆ, ਅਤੇ ਕੀ ਉਹ 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 ਠੀਕ ਕਰਵਾਤੀ? ਉਹਦੇ ਵਿੱਚ ਹਲੇ ਵੀ ਦਵਾਈਆਂ ਦੀ ਘਾਟ ਹੈ ਕਿ ਉਹਦੇ ਟਾਇਰ ਪਵਾਉਣ ਨਾਲ ਇੰਜਨ ਦਾ ਕੰਮ ਕਰਾਉਣ ਨਾਲ ਉਹ ਕਿਸੇ ਦੀ ਜਾਨ ਬਚਾ ਜੂਗੀ? ਜਾਨ ਤਾਂ ਸਾਈਕਲ 'ਤੇ ਵੀ ਬਚ ਸਕਦੀ ਹੈ ਜੇ ਉਹ ਬਚਾਉਣ ਵਾਲਾ ਉਹਦੇ 'ਚ ਸਮਾਨ ਹੋਵੇ, ਇਕਿਊਪਮੈਂਟ ਹੋਣ। ਇਹ ਥੋੜ੍ਹੀ ਆ ਵੀ ਤੁਸੀਂ ਜਹਾਜ਼ ਲਿਆਓਗੇ ਅਤੇ ਉਹਨੂੰ ਕਹਿ ਦੋਗੇ ਮੈਂ ਜਲਦੀ ਲੈ ਜੂ, ਉਹਦੇ ਵਿੱਚ ਬਚਾਉਣ ਵਾਲਾ ਉਹ ਸਟਾਫ ਉਹ ਸਮਾਨ ਨਹੀਂ ਹੈਗਾ, ਤਾਂ ਫਿਰ ਤੁਸੀਂ ਕਿੱਦਾਂ ਕਿੱਦਾਂ ਕਿਸੇ ਦੀ ਜਾਨ ਬਚਾਓਗੇ? ਆਹ ਐਂਬੂਲੈਂਸ ਖੜੀ ਹੈ, ਇਹਦੇ ਵਿੱਚ ਤੁਹਾਨੂੰ ਕੀ ਕੀ ਖਾਮੀਆਂ ਲੱਗਦੀਆਂ, ਵੀ ਇਹਦੇ ਵਿੱਚ ਕੀ ਘਾਟਾ ਕਰ ਜੀ, ਕਿਸ ਤਰ੍ਹਾਂ ਦੀ ਹਾਲਤ ਹੈ ਇਹਦੀ? ਸਭ ਤੋਂ ਪਹਿਲਾਂ ਤਾਂ ਜੀ ਆਕਸੀਜਨ ਹੈ, ਪਰਲੀ ਸਾਈਡ ਤੋਂ ਤੁਸੀਂ ਨੋਟ ਸਾਰੀ ਲੀਕ ਹੈ ਜਿਹੜੀ ਉਹ ਸਿਲੰਡਰ ਲੱਗੇ ਹੋਏ ਆ। ਦੂਸਰੀ ਵਾਰ ਉਹ ਜਿਹੜੀ ਸਕਸ਼ਨ ਮਸ਼ੀਨ ਆ, ਮੈਂ ਬਾਰ ਬਾਰ ਦਿਖਾ ਰਿਹਾ ਹਰੇਕ ਐਂਬੂਲੈਂਸ 'ਤੇ, ਇਹ ਹਰ ਇੱਕ ਕਿਸੇ ਦੀ ਹੈੱਡ ਇੰਜਰੀ ਹੋ ਜਾਂਦੀ ਹੈ, ਕਿਸੇ ਦੀ ਕੋਈ ਮੂੰਹ ਦੀ ਸੱਟ ਲੱਗਦੀ ਹੈ, ਕਿਸੇ ਤਰ੍ਹਾਂ ਦੀ ਵੀ ਹੈ, ਜੇ ਬਲੀਡਿੰਗ ਮੂੰਹ ਦੇ ਵਿੱਚ ਹੁੰਦੀ ਹੈ ਤਾਂ ਸਾਫ਼ ਕਰਨ 'ਚ, ਬੰਦੇ ਨੂੰ ਬਚਾਉਣ 'ਚ ਪਹਿਲਾਂ ਹੀ ਮਦਦ ਕਰਦੀ ਹੈ, ਅਤੇ 325 'ਚੋਂ ਮੈਨੂੰ ਲੱਗਦਾ 25 ਦੇ ਵਿੱਚ ਚੱਲਦੀਆਂ ਨੇਗੀਆਂ। ਉਸ ਤੋਂ ਬਿਨਾਂ ਤੁਸੀਂ ਆਹ ਸਟੈਚਰ ਹੈ, ਕੀ ਇਹ 'ਤੇ ਪੈ ਕੇ ਕੋਈ ਗਰਭਵਤੀ ਔਰਤ ਕੀ ਇਹ 'ਤੇ ਸਹੀ ਸਲਾਮਤ ਵਗ ਜੂਗੀ ਹੋਸਪਿਟਲ? ਕੀ ਤੁਹਾਨੂੰ ਲੱਗਦਾ ਜਿਹੜੀਆਂ ਸੀਟਾਂ 'ਤੇ ਕੋਈ ਨਾਲ ਦਾ ਅਟੈਂਡੈਂਟ ਬਹਿ ਕੇ ਇਹ 'ਤੇ ਚਲਾ ਜਾਊਗਾ? ਸਟਿੱਪਣੀਆਂ ਦੇਖੋ ਤੁਸੀਂ, ਇਹ ਸਟਿੱਪਣੀਆਂ ਰੱਖਣ ਵਾਲੀ ਜਗ੍ਹਾ ਜਿੱਥੇ ਸਾਡੇ ਬੈਠਣ ਦੀ ਸਟਾਫ ਦੀ ਹੁੰਦੀ ਹੈ, ਕੀ ਤੁਹਾਨੂੰ ਲੱਗਦਾ ਇਹ ਸੀਟ 'ਤੇ ਕੋਈ ਬੈਠ ਜੂਗਾ? ਤੁਸੀਂ ਉਹ ਦਰਾਜ਼ਾਂ ਦੀ ਕੰਡੀਸ਼ਨ ਦੇਖ ਲਓ, ਤੁਸੀਂ ਅੱਗੇ ਡਰਾਈਵਰ ਸੀਟ ਦੀ ਕੰਡੀਸ਼ਨ ਦੇਖ ਲਓ, ਤੁਹਾਨੂੰ ਲੱਗ ਜੂਗਾ ਵੀ ਡਰਾਈਵਰ ਇਹ ਕਿਸੇ ਕੋਈ ਅਣਸੁਖਾਵੀ ਘਟਨਾ ਨੂੰ ਬਚਾਉਣ ਲਈ ਅੱਗੇ ਵੀ ਦੇਖ ਲੈਂਦੇ 80 ਦੀ ਸਪੀਡ 'ਤੇ ਲੈ ਜੂਗਾ। ਵੈਸੇ 80 ਦੀ ਇਹਨਾਂ ਨੇ ਸਪੀਡ ਦੇਣੀ ਨਹੀਂ, ਇਹਨਾਂ ਨੇ ਮਾਰਨ ਲਈ ਬੰਦੇ ਨੂੰ ਹਰ ਉਹ ਸਪੀਡ ਦਾ ਇੰਤਜ਼ਾਮ ਕਰ ਰੱਖਿਆ ਜਿੱਦਾਂ 40-50। ਤੁਸੀਂ ਆਹ ਦੱਸੋ, ਆਹ ਦੇਖੋ ਆਹ ਸੀਟ ਦੇ ਹਾਲਾਤ ਹੈ, ਹਲੇ ਹੋਰ ਵੀ ਇਹ ਉੱਪਰ ਨੂੰ ਚੱਕ ਕੇ, ਇੱਕ ਮਿੰਟ ਮੈਂ ਦਿਖਾਉਣਾ, ਆਹ ਦੱਸੋ ਇਹ 'ਤੇ ਬੰਦਾ ਕਿੱਦਾਂ ਬਾਈ ਜੀ, ਕੋਈ ਇਹਨੂੰ 100 ਤੇ 80 ਤੇ ਲੈ ਜੂਗਾ ਕੋਈ ਬੰਦਾ? ਆਹ ਦੇਖੋ ਇਹਦੇ ਹਾਲਾਤ। ਅਤੇ ਹੁਣ ਕੱਲ੍ਹ ਜੇ ਕਿਸੇ ਉਹ ਪਰਿਵਾਰ ਦਾ ਜੀ ਚਲਾ ਗਿਆ ਜਿਹਨੇ 2 ਦਿਨ ਹਲੇ ਆਪਣੇ ਉਹ ਜਿਹਦੇ ਲਈ ਬੰਦਾ ਹਰ ਇੱਕ ਜ਼ਿੰਦਗੀ ਦੀ ਕਮਾਈ ਉਹ ਕਰਦਾ ਵੀ ਮੇਰੇ ਜਿਹੜੇ ਬਾਲ ਬੱਚੇ ਮੇਰਾ ਪਰਿਵਾਰ ਸੌਖਾ ਹੋਵੇ, ਮੈਂ ਇਸ ਤਰ੍ਹਾਂ ਵਿਆਹਤਾ ਜੀਵਨ ਜਿਉਣਾ, ਤਾਂ ਉਹ ਬੰਦਾ ਉਹ ਚਲਾ ਗਿਆ ਇਸ ਸਿਸਟਮ ਦੀ ਘਾਟ ਕਾਰਨ, ਮਾੜੇ ਸਿਸਟਮ ਦੀ ਘਾਟ ਕਾਰਨ। ਹੁਣ ਤੁਸੀਂ ਦੱਸੋ ਇਹ ਸਰਕਾਰ ਜਾਂ ਇਹ ਕੰਪਨੀ ਵੇਟ 'ਚ ਹੈ ਵੀ ਇਹ ਵੀ ਕਿਸੇ ਦਾ ਚਿਰਾਗ ਬੁਝਾਊਗੀ, ਫਿਰ ਉਦੋਂ ਬਾਅਦ ਇਹਨੂੰ ਕਿਸੇ ਕੰਮ 'ਤੇ ਲਾਵਾਂਗੇ, ਫਿਰ ਇਹਦੇ ਵਿੱਚ ਸਮਾਨ ਪੂਰਾ ਕਰਾਂਗੇ? ਸੀਐਮ ਸਾਹਿਬ ਨੂੰ, ਇਹਨਾਂ ਦੇ ਮੰਤਰੀਆਂ ਨੂੰ ਅਸੀਂ ਵਾਰ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਘੱਟੋ ਘੱਟ ਸਾਡੀਆਂ ਤਨਖਾਹ ਤੁਸੀਂ ਜਦੋਂ ਵਧਾਓਗੇ ਦੇਖੀ ਜਾਓ, ਇਹਦੇ ਖਿਲਾਫ਼ ਘੱਟੋ ਘੱਟ ਕਾਰਵਾਈ ਤਾਂ ਘੱਟੋ ਘੱਟ ਕਰੋ ਨਾ, ਤਾਂ ਕਿ ਇਹਨਾਂ ਨੂੰ ਕੁਛ ਤਾਂ ਹੋਵੇ। ਇਹ ਤਾਂ ਹਰ ਰੋਜ਼ ਪੰਜਾਬ ਦੇ ਕਿਤੇ ਗੈਂਗਵਾਰ 'ਚ ਮਾਰੇ ਜਾਂਦੇ ਆ, ਕਿਤੇ ਕਾਸੇ 'ਚ। ਆਹ ਜਿਹੜੀ ਤੁਸੀਂ ਠੇਕਾ ਦੇ ਰੱਖਿਆ ਜਿਹੜੀ ਕੰਪਨੀ ਨੂੰ, ਇਹੀ ਪੰਜਾਬ ਦੇ ਧੀ ਪੁੱਤ ਮਾਰ ਰਹੀ ਹੈ, ਅਤੇ ਫਿਰ ਮਾਨ ਸਾਹਿਬ ਕਿੱਧਰ ਜਾਈਏ ਅਸੀਂ? 40 ਬੰਦੇ ਪੰਜਾਬ ਦੇ ਕੱਢ ਕੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਰੱਖ ਰਹੇ ਆ, ਕੀ ਇਹ ਇਹ ਕਾਨ ਨਹੀਂ ਗਾ ਕੀ ਇਹਨਾਂ ਦੇ ਖਿਲਾਫ਼? ਜਿਹੜੇ ਇਹ ਜਿਹੜੀ ਕੰਪਨੀ ਹੈ ਕਿੱਥੋਂ ਦੀ, ਇਹ ਕੰਪਨੀ ਕਿੱਥੋਂ ਦੀ ਹੈ, ਕੌਣ ਇਹਨੂੰ ਚਲਾ ਰਿਹਾ ਹੈਗਾ, ਅਤੇ
ਕਿੰਨੀਆਂ ਐਂਬੂਲੈਂਸਾਂ ਦਾ ਜਿਹੜਾ ਠੇਕਾ ਇਹਨਾਂ ਕੋਲ ਹੈਗਾ, ਇਸ ਕੰਪਨੀ ਕੋਲ ਹੈਗਾ? ਇਹ ਬੰਬੇ ਦੀ ਕੰਪਨੀ ਹੈ ਜੀ, ਇਹ ਸ਼ਾਇਦ ਕਾਂਗਰਸ ਹੀ ਹੈ, ਕਿਸੇ ਪੀ ਚਿਦੰਬਰਮ ਦੇ ਦੱਸ ਰਹੇ ਆ ਬੇਟੇ ਦੀ, ਜਾਂ ਪੀ ਚਿਦੰਬਰਮ ਦੀ ਲਾ ਲਓ, ਉਹਦਾ ਸ਼ੇਅਰ ਹੈ ਵਿੱਚ। ਕਾਫੀ ਟਾਈਮ ਤੋਂ ਅਸੀਂ ਇਹਦੇ ਵਿਰੁੱਧ ਆ ਜਿਹੜੀ ਆਵਾਜ਼ ਉਠਾਈ ਸੀ, ਹੁਣ ਸਾਡੇ ਕੋਲ ਜਿਹੜੇ ਪ੍ਰੂਫ ਹੱਥ ਲੱਗੇ ਆ, ਇਹਦਾ 1,45,000 ਗੌਰਮੈਂਟ ਤੋਂ ਇੱਕ ਐਂਬੂਲੈਂਸ ਦਾ ਜਿਹੜਾ ਸਰਕਾਰ ਨੂੰ ਜਾ ਰਿਹਾ 1,45,000, ਇੱਕ ਮਹੀਨੇ ਦਾ 1,45,000 ਸਰਕਾਰ ਪੇ ਕਰਦੀ, ਸਰਕਾਰ ਪੇ ਕਰਦੀ ਹੈ। ਇਸ ਤੋਂ ਉੱਪਰ ਜੇ ਕੇਸ ਮੰਨ ਲਓ, ਫਰਜ਼ ਕਰੋ ਇਹਨੇ 120 ਕਿਲੋਮੀਟਰ ਚੱਲਣਾ ਜੀ, ਇਹ 500 ਕਿਲੋਮੀਟਰ ਚੱਲਦੀ ਹੈ, ਤਾਂ ਇਹਦਾ ਇਨਸੈਂਟਿਵ ਹੈ ਜਿਹੜਾ। ਉਹ ਕੰਮ ਤਾਂ ਅਸੀਂ ਕੀਤਾ ਨਾ ਵਾਧੂ, ਅਸੀਂ ਕਿੰਨੇ ਕੇਸ ਲਾਏ ਆ, ਸਾਨੂੰ ਨਹੀਂ ਮਿਲਦਾ। ਉਹ ਕੰਪਨੀ ਕਰੋੜਾਂ ਰੁਪਈਆ, ਤੁਸੀਂ ਯਕੀਨ ਮੰਨੋਗੇ ਬਾਈ ਜੀ, 2021 ਤੋਂ ਲੈ ਕੇ 2023 ਤੱਕ 10 ਤੋਂ 12 ਕਰੋੜ ਇਸ ਕੰਪਨੀ ਨੂੰ ਪੇ ਕਰ ਚੁੱਕੀ ਹੈ ਸਰਕਾਰ। ਕੀ ਕਾਹਦੇ 'ਤੇ ਪੇ ਕੀਤਾ, ਕੁਛ ਤਾਂ ਦੇਖ ਲੈਂਦੇ ਤਾਂ। ਪੁਰਾਣੀਆਂ ਸਰਕਾਰਾਂ ਛੱਡ ਦਿਓ, ਬਦਲਾਅ ਦੇ ਰੂਪ 'ਚ ਅਸੀਂ ਸਰਕਾਰ ਲੈ ਕੇ ਆਉਂਦੀ ਆ, ਸੀ ਐੱਮ ਸਾਹਿਬ, ਮਾਨ ਸਾਹਿਬ, ਘੱਟੋ ਘੱਟ ਸਾਡੀ ਜਦੋਂ ਸੁਣੋਗੇ ਦੇਖੀ ਜਾਊਗਾ, ਜਿਹੜੇ ਪੰਜਾਬ ਦੇ ਧੀ ਪੁੱਤ ਖਾ ਰਹੀ ਹੈ, ਇਹਨਾਂ ਖਿਲਾਫ਼ ਬਣਦੀ ਕਾਰਵਾਈ ਕਰੋ। ਇਹ ਜਿੰਨਾ ਪੈਸਾ ਜਿਹੜਾ ਡਰਾਈਵਰ ਹੈ, ਜਿਹੜੇ ਪੂਰੇ ਪੰਜਾਬ ਦੇ ਵਿੱਚ 108 ਐਂਬੂਲੈਂਸਾਂ ਚੱਲਦੀਆਂ, ਜਿਹੜੇ ਡਰਾਈਵਰ ਆ ਇਹਦੇ ਖਿਲਾਫ਼ ਲਿਖ ਕੇ ਨਹੀਂ ਦਿੰਦੇ? ਜਿਹੜੇ SMO ਆ ਹੋਸਪਿਟਲਸ ਦੇ ਵਿੱਚ ਬੈਠੇ ਆ, ਭਾਵੇਂ ਕੋਈ ਵੀ ਹੋਵੇ, ਜ਼ਿਲ੍ਹਾ ਕੋਈ ਹੋਵੇ, ਸ਼ਹਿਰ ਕੋਈ ਵੀ ਹੋਵੇ, ਉਹ SMO ਨਹੀਂ ਬੋਲਦੇ? ਬਿਲਕੁਲ ਜੀ, ਉਹ ਫਿਰ ਮੈਂ ਇਹੀ ਤਾਂ ਮੈਂ ਕਹਿ ਰਿਹਾ, ਜਿਹੜੇ ਜਿਹੜੇ ਅਧਿਕਾਰੀ ਨੂੰ ਕਹਿ ਦਿੰਦੇ ਆ ਮੰਗ ਪੱਤਰ ਦੇ ਦਿਓ, ਉਹਦਾ ਇਹਦੇ ਵਿੱਚ ਇਨਵੋਲਵ ਹੈ। ਘਪਲੇ ਦੇ ਵਿੱਚ ਨੋਡਲ ਅਫਸਰ ਆ ਡਾਕਟਰ ਵਿਸ਼ਾਲ ਗਰਗ, ਚੰਡੀਗੜ੍ਹ ਬਹਿੰਦਾ, ਮੋਹਾਲੀ ਬਹਿੰਦਾ MD ਆਫਿਸ, ਉਹ ਤਾਂ ਇਹਦੇ ਵਿੱਚ ਇਨਵੋਲਵ ਹੈ, ਅਸੀਂ ਕਿਹਦੇ ਕੋਲੇ ਜਾਈਏ? ਫਿਰ ਜਦੋਂ ਇੱਥੇ ਰਿਪੋਰਟ ਬਣਦੀ ਹੈ, ਜਿਸ ਤਰ੍ਹਾਂ ਹੁਣ ਥੋੜ੍ਹੀ ਜਿਹੀ ਕਾਰਵਾਈ ਹੋਣੀ ਇਹਨਾਂ ਖਿਲਾਫ਼, ਕੁਛ ਅਫਸਰ ਇਮਾਨਦਾਰ ਹੁੰਦੇ ਆ, ਜਿਹੜੀ ਸਹੀ ਰਿਪੋਰਟ ਸਰਕਾਰ ਨੂੰ ਭੇਜਦੇ ਆ, ਕੁਛ ਇਹਨਾਂ ਨਾਲ ਰਲੇ ਮਿਲੇ ਆ। ਮੈਂ 1-2 ਜ਼ਿਲ੍ਹਿਆਂ 'ਚ, ਮੈਂ ਨਾਮ ਨਹੀਂ ਲਊਂਗਾ ਉਹਨਾਂ ਅਫਸਰਾਂ ਕੋਲ, ਮੈਂ ਆ ਗੰਗਾਨਗਰ ਜਿਹੜੀ ਐਂਬੂਲੈਂਸ ਗਈ ਹੈ, ਤਾਂ ਮੈਂ ਉਹਦਾ ਰਿਕਾਰਡ ਲੈ ਕੇ ਗਿਆ, ਤਾਂ ਉਹਨਾਂ ਨੇ ਉਹ ਕਾਰਵਾਈ ਕਰਨ ਦੀ ਬਜਾਏ ਮੇਰੇ 'ਤੇ ਕਾਰਵਾਈ ਕਰਾਈ, ਮੈਨੂੰ ਟਰਮੀਨੇਟ ਕਰਾਇਆ। ਹੁਣ ਤੁਹਾਨੂੰ ਇਸ ਕਰਕੇ ਟਰਮੀਨੇਟ ਕਰਤਾ ਕਿ ਤੁਸੀਂ ਉਹਦੀ ਕੰਪਲੇਂਟ ਕੀਤੀ? ਬਿਲਕੁਲ ਜੀ, ਮੈਂ ਪੂਰੇ ਪੰਜਾਬ 'ਚ ਐਂਬੂਲੈਂਸਾਂ ਦੇ ਜਿਹੜੇ ਇੱਕ ਘਪਲੇ ਦੀ ਜਾਂਚ ਖਿਲਾਫ਼ ਖੜਾ ਹੋਇਆ, ਕਾਫੀ ਅਫਸਰਾਂ ਨਾਲ, ਕਾਫੀ ਮੰਤਰੀਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਦੋਂ ਤੱਕ ਤੁਸੀਂ ਮਾਨ ਸਾਹਿਬ ਇਹਦੇ ਖਿਲਾਫ਼ ਐਕਸ਼ਨ ਲਾਓਗੇ, ਉਦੋਂ ਤੱਕ ਤਾਂ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਜਾਨਾਂ ਲੈ ਲੈਣੀਆਂ। ਹੁਣ ਕਿਹਦੀ ਵੇਟ ਕਰ ਰਹੇ ਹੋ ਤੁਸੀਂ? ਕੀ ਕਿਹੜੀ ਇਹੋ ਜਿਹੀ ਇਹਨਾਂ ਖਿਲਾਫ਼ ਕਾਰਵਾਈ ਕਰਨ ਤੁਸੀਂ ਢਿੱਲ ਵਰਤ ਰਹੇ ਹੋ, ਜਿਹੜੀਆਂ ਪੰਜਾਬ ਦੀਆਂ? ਤੁਸੀਂ ਉਹਨਾਂ ਦੇ ਬਾਈ ਜੀ ਘਰੇ ਗਏ ਆ, ਤਾਂ ਸੋਚ ਨਹੀਂ ਸਕਦੇ ਤੁਸੀਂ ਜਿਹੜਾ ਮਾਹੌਲ ਹੈ, ਮਤਲਬ ਉੱਥੇ ਬੈਠਣ ਜੋਗਾ ਵੀ ਨਹੀਂ, ਬੈਠਣ ਨੂੰ ਦਿਲ ਨਹੀਂ ਕਰ ਰਿਹਾ। ਨੌਜਵਾਨ ਮੁੰਡਾ, 2 ਦਿਨਾਂ ਬਾਅਦ ਉਹਦੀ ਮੌਤ ਹੋ ਜਾਣੀ, ਅਤੇ ਜ਼ਿੰਮੇਵਾਰ ਸਿਸਟਮ, ਅਤੇ ਸਿਸਟਮ ਖਿਲਾਫ਼ ਕਾਰਵਾਈ ਕੌਣ ਕਰੂਗਾ? ਸਰਕਾਰ, ਅਤੇ ਸਰਕਾਰ ਹਲੇ ਵੀ ਕੋਈ ਉਡੀਕ ਰਹੀ ਹੈ। ਆਹ ਦੇਖਣਾ ਤੁਸੀਂ 1-2 ਦਿਨਾਂ ਤੱਕ ਕੋਈ ਹੋਰ ਐਕਸੀਡੈਂਟ ਹੋਣਾ, ਜਿੱਥੇ ਕਿਸੇ ਪੰਜਾਬ ਦੇ ਨੌਜਵਾਨ ਦੀ ਧੀ ਦੀ ਬੱਚੇ ਦੀ ਮੌਤ ਹੋਣੀ ਹੈ। ਪਰ ਮੈਨੂੰ ਲੱਗਦਾ ਇਸ ਕੰਪਨੀ ਖਿਲਾਫ਼ ਫਿਰ ਵੀ ਕਿਸੇ ਨੇ ਆਵਾਜ਼ ਨਹੀਂ ਉਠਾਉਣੀ। ਜਿਹੜੇ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਟਰਮੀਨੇਸ਼ਨ ਲੈਟਰ ਜਾਂ ਫਿਰ ਜੋ ਵੀ ਉਹਨਾਂ ਦੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਰਹੀਆਂ। ਸੋ ਇਹਦੇ 'ਤੇ ਕਾਰਵਾਈ ਹੋ ਕਿਉਂ ਨਹੀਂ ਰਹੀ? ਤੁਹਾਨੂੰ ਕੀ ਲੱਗਦਾ ਕਿ ਇਹ ਸਾਰੀ ਮਿਲੀ ਭਗਤ ਆ, ਕੋਈ ਜਿਹੜਾ ਸਿਸਟਮ ਹੈ ਵੀ ਪੂਰੀ ਤਰ੍ਹਾਂ ਨਾਲ ਕਲੈਪਸ ਹੋ ਚੁੱਕਿਆ, ਕਰਪਟ ਹੋ ਚੁੱਕਿਆ, ਵੀ ਤਾਂ ਕਰਕੇ ਇਹ ਕਾਰਵਾਈਆਂ ਨਹੀਂ ਹੁੰਦੀਆਂ? ਕਿਉਂਕਿ ਜਿਸ ਤਰ੍ਹਾਂ ਦੀ ਹਾਲਾਤ, ਇਹ ਆਪਾਂ 1 ਐਂਬੂਲੈਂਸ ਦਿਖਾਈ ਹੈ ਪੰਜਾਬ ਦੇ ਵਿੱਚ, ਇਹੋ ਜਿਹੀਆਂ ਮਿਲਦਾ 100 ਦੇ ਕਰੀਬ, ਹਜ਼ਾਰਾਂ ਦੇ ਜਿਹੜੀਆਂ ਐਂਬੂਲੈਂਸ ਹੋਣਗੀਆਂ, ਤਾਂ ਉਹਨਾਂ ਦੇ ਸਾਰੀਆਂ ਦੇ ਹਾਲਾਤ ਹੀ ਇੱਦਾਂ ਦੇ? ਬਿਲਕੁਲ ਜੀ, ਆ ਸਾਡੇ ਕੋਲ ਰਿਪੋਰਟ ਹੈ ਜੀ, ਘੱਟੋ ਘੱਟ 70-80 ਗੱਡੀਆਂ ਦੀ ਤਾਂ ਰਿਪੋਰਟ ਹੈ। ਜਿਹੜੇ ਕਹਿ ਰਹੇ ਆ ਨਾ ਵੀ 1 ਗੱਡੀ 'ਚ ਸਾਡਾ ਸਮਾਨ ਨਹੀਂ, ਆਹ ਦੇਖੋ ਤੁਸੀਂ, ਸ਼ਕਸ਼ਨ ਮਸ਼ੀਨ ਨੋਟ ਅਵੇਲੇਬਲ, ਨੋਟ ਵਰਕਿੰਗ, ਨੋਟ ਅਵੇਲੇਬਲ, ਨੋਟ ਵਰਕਿੰਗ। ਕਿੱਥੋਂ ਦੀ ਹੈ? ਕਿੱਥੋਂ ਦੀ ਹੈ? ਇਹ PB 65, ਲੋਕੇਸ਼ਨ ਨਵਾਂ ਸ਼ਹਿਰ, ਬਹਿਰਾਮ, ਨਵਾਂ ਸ਼ਹਿਰ। ਇੱਕ ਆਪਾਂ ਇੱਕ ਇੱਕ ਕਰਕੇ ਦਿਖਾ ਦਿੰਦੇ ਹਾਂ ਜੀ। ਹਾਂ, ਇਹ ਸਾਰੇ ਜਿਹੜੇ ਨੋਟ ਵਰਕਿੰਗ, ਨੋਟ ਵਰਕਿੰਗ ਜੀ। ਆਹ ਦੇਖੋ ਤੁਸੀਂ ਜੀ, ਆਹ ਆ ਗਈ ਹੁਸ਼ਿਆਰਪੁਰ ਰਜਿੰਦਰਾ ਹੋਸਪਿਟਲ ਵਾਲੀ, ਰਜਿੰਦਰਾ ਹੋਸਪਿਟਲ ਪਟਿਆਲਾ, ਸੋਰੀ, BP ਆਪਰੇਟਸ ਆਟੋਮੈਟਿਕ, ਨੋਟ ਵਰਕਿੰਗ, ਸਟੈਥੋਸਕੋਪ ਨੋਟ ਵਰਕਿੰਗ, ਜੋ ਵੀ ਗਲੂਕੋਮੀਟਰ, ਬੈਟਰੀ ਨੋਟ ਵਰਕਿੰਗ, ਇਹੋ ਜਿਹਾ ਪਤਾ ਨਹੀਂ ਕਿੰਨਾ ਕਾ। ਦੇਖੋ ਹੁਣ ਤੁਸੀਂ ਦੱਸੋ ਵੀ ਇਹ ਸਾਰੀਆਂ, ਮਤਲਬ ਵਾਕਈ ਆ ਤਾਂ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਤੁਸੀਂ ਪੂਰਾ ਡਾਟਾ ਰੱਖੀ ਬੈਠੇ ਹੋ ਕਿ ਰਾਜਪੁਰਾ
ਰਾਜਪੁਰੇ ਤੋਂ ਬਾਅਦ ਪਟਿਆਲਾ, ਠੀਕ ਹੈ ਜੀ, ਧਰਮਗੜ੍ਹ, ਸੰਗਰੂਰ, ਧੂਰੀ, ਇਹਦੇ ਵਿੱਚ ਵੀ ਆ ਨੋਟ ਵਰਕਿੰਗ ਹੈ ਕਿਉਂਕਿ ਲਿਸਟ ਹੀ ਉਹ ਹੈ ਜਿਹਦੇ ਵਿੱਚ ਜੋ ਚੱਲ ਨਹੀਂ ਰਹੀਆਂ। ਅਹਿਮਦਗੜ੍ਹ, ਸੰਗਰੂਰ, ਉਸ ਤੋਂ ਬਾਅਦ ਮਸਤੂਆਣਾ ਸਾਹਿਬ, ਸੰਗਰੂਰ, ਗੜ੍ਹ ਸ਼ੰਕਰ, ਹੁਸ਼ਿਆਰਪੁਰ, ਅਤੇ ਡੇਰਾ ਬੱਸੀ, ਮੋਹਾਲੀ, ਮੋਰਿੰਡਾ, ਰੂਪਨਗਰ, ਗਿਆਸਪੁਰਾ, ਲੁਧਿਆਣਾ, ਇਹ ਤਾਂ ਸਾਰੇ ਪੰਜਾਬ ਦਾ ਚਿੱਠਾ ਤੁਸੀਂ ਚੱਕੀ ਬੈਠੇ ਜੀ। ਬਿਲਕੁਲ ਜੀ, ਇਹ ਤਾਂ ਤੁਸੀਂ ਐਂ ਲਾ ਲਓ ਵੀ ਜਿਹੜੇ ਕੰਪਨੀ ਨੇ ਦਬਾ ਲਏ ਅਧਿਕਾਰੀ, ਜਾਂ ਜਿਵੇਂ ਇਸ ਤਰ੍ਹਾਂ ਅੱਜ ਰਿਪੋਰਟਿੰਗ ਹੋਣੀ ਆ ਜਾਂ ਕੱਲ੍ਹ ਹੋਣੀ ਆ, ਉਹ ਤੋਂ ਬਿਨਾਂ ਇਹ ਗੱਡੀ ਕੰਮ 'ਤੇ ਲਾ ਦਿੰਦੇ ਆ। ਬੜੇ ਹਾਲੇ ਤਾਂ ਇਹੋ ਜਿਹੇ ਤੱਥ ਹੈ, ਬੜੀਆਂ ਇਹਨਾਂ ਦੀਆਂ ਕਮੀਆਂ, ਜੇ ਕਿਤੇ ਵਿਜੀਲੈਂਸ ਇਨਕੁਆਇਰੀ, ਅਸੀਂ ਤਾਂ CBI ਜਾਂਚ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਵਾਰ ਵਾਰ ਜਦੋਂ ਵੀ ਇਹਨਾਂ ਖਿਲਾਫ਼ ਪਹਿਲਾਂ ਵੀ ਰਾਜਸਥਾਨ ਦੇ ਵਿੱਚ ਆਵਾਜ਼ ਉਠਾਈ ਤਾਂ CBI ਨੇ ਹੀ ਇਹਨਾਂ ਨੂੰ ਪਕੜ ਕੀਤੀ ਇਹਨਾਂ 'ਤੇ। ਮਾੜੀ ਮੋਟੀ ਏਜੰਸੀ ਜਾਂ ਮਾੜੇ ਮੋਟੇ ਅਫਸਰ, ਇਹਨਾਂ ਦੇ ਖਿਲਾਫ਼ ਮੁਸ਼ਕਲ ਆ ਖੜ੍ਹੇ ਹੋਣੇ। ਇਸੇ ਲਈ ਅਸੀਂ ਇਮਾਨਦਾਰ ਸਰਕਾਰ CM ਸਾਹਿਬ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ, ਮਾਨ ਸਾਹਿਬ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਭ੍ਰਿਸ਼ਟਾਚਾਰ ਉਹ ਅਫਸਰਾਂ ਦੇ ਦੰਦ ਖੱਟੇ ਕਰਨੇ, ਅਸੀਂ ਜਾਣਦੇ ਹਾਂ, ਤੁਹਾਡੇ 'ਤੇ ਉਮੀਦ ਹੈ, ਪਰ ਉਹ ਕਾਰਵਾਈ ਕਰਨ 'ਚ ਕਿਤੇ ਨਾ ਕਿਤੇ ਦੇਰੀ ਹੋ ਰਹੀ ਹੈ। ਅਤੇ ਇਹ ਕੰਪਨੀ ਦੇ ਦੋ ਅਧਿਕਾਰੀ ਮਨੀਸ਼ ਬੱਤਰਾ, ਬਾਏ ਨੇਮ ਰੋਹਿਤ ਗੱਤਰੀ, ਜੋ ਹਲੇ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਵੀ ਪੰਜਾਬ ਦੇ ਲੋਕਾਂ ਦੇ ਬੈਰੀ ਬਣੇ ਹੋਏ ਆ, ਉਹਨਾਂ ਨੇ ਇੱਕ ਟਵੀਟ ਜਾਂ ਕੋਈ ਅਫਸੋਸ ਕੋਈ ਕੰਪਨੀ ਵੱਲੋਂ ਆਇਆ ਵੀ ਸਾਡੇ ਕਾਰਨ ਡੈਥ ਹੋਈ ਆ, ਸਾਡੇ ਸਿਸਟਮ ਕਾਰਨ। ਅੱਜ ਵੀ ਤੁਸੀਂ ਫੋਨ ਲਾਓਗੇ ਤਾਂ ਉਹਨਾਂ ਨੇ, ਕੰਪਨੀ ਤਾਂ ਕਹਿੰਦੀ ਹੋਊਗੀ ਕਿ ਸਾਡੀ ਤਾਂ ਕੋਈ ਗਲਤੀ ਨਹੀਂ, ਸਿਸਟਮ ਦੀ ਤਾਂ ਕੋਈ ਗਲਤੀ ਨਹੀਂ, ਉਹ ਤਾਂ ਇਹ ਕਹਿਣਗੇ। ਉਹ ਕਿਉਂ ਕਹਿਣਗੇ ਵੀ ਸਾਡੇ ਕਰਕੇ ਹੋਇਆ ਜੀ? ਬਿਲਕੁਲ, ਉਹਨਾਂ ਨੇ ਜਿੰਨੇ ਵਾਰੀ ਵੀ ਪ੍ਰੈਸ ਕਾਨਫਰੰਸ ਕੀਤੀ ਆ, ਉਹਨਾਂ ਨੇ ਹਮੇਸ਼ਾ ਕਿਹਾ ਯੂਨੀਅਨ ਦੇ ਚੰਦ ਬੰਦੇ ਆ ਜਾਂ ਉਹ ਸਰਕਾਰ ਦੇ ਸਾਨੂੰ ਵਿਰੁੱਧ ਭੜਕਾਉਣਾ ਚਾਹੁੰਦੇ ਆ, ਕਿਉਂਕਿ ਉਹ ਚਾਹੁੰਦੇ ਆ ਵੀ ਇਹ ਕੁਛ ਐਸਾ ਜਾਂ ਖਿਲਾਫ਼ ਕਰਨ, ਇਹ ਸਰਕਾਰ ਦੇ ਖਿਲਾਫ਼ ਹੋਣ, ਸਰਕਾਰ ਦੇ ਮੰਤਰੀ ਜਾਂ CM ਸਾਹਿਬ ਐਕਸ਼ਨ ਦੇ ਵਿੱਚ ਆ ਕੇ ਇਹਨਾਂ 'ਤੇ ਕਾਰਵਾਈ ਕਰਨ, ਅਸੀਂ ਫਿਰ ਉਹੀ ਪੈਸਾ ਉਸੇ ਤਰ੍ਹਾਂ ਹੀ ਜਿਹੜਾ ਕਰਪਸ਼ਨ ਆ ਉਹ ਕਰਦੇ ਰਹੀਏ। ਇਸੇ ਲਈ ਸਾਡੇ 'ਤੇ ਜਿਹੜਾ ਦਬਾਅ ਵਾਰ ਵਾਰ ਉਹ ਬਣਾਇਆ ਜਾ ਰਿਹਾ। ਸਾਡਾ ਮਕਸਦ ਸਿਰਫ ਅਤੇ ਸਿਰਫ ਇਹ ਦਿਖਾਉਣਾ ਸੀ ਕਿ ਕਿਤੇ ਨਾ ਕਿਤੇ ਸਿਸਟਮ ਦੀ ਕਮੀ ਹੈ, ਕਿਤੇ ਨਾ ਕਿਤੇ ਉਸ ਸਰਕਾਰੀ ਤੰਤਰ ਦੀ ਕਮੀ ਹੈ ਜਿਹਦੀ ਕਮੀ ਕਰਕੇ ਪੰਜਾਬ ਦੇ ਵਿੱਚ ਇਹ ਦੌੜ ਰਹੀਆਂ ਜਿਹੜੀਆਂ ਐਂਬੂਲੈਂਸ ਹੈ, ਜਿਹਦੇ ਬਾਬਤ ਇਸ ਨੌਜਵਾਨ ਵੱਲੋਂ ਸਪਸ਼ਟ ਰੂਪ ਦੇ ਵਿੱਚ ਦੱਸਿਆ ਗਿਆ, ਬਕਾਇਦਾ ਡਾਟਾ ਜਿਹੜਾ ਹੈਗਾ ਉਹ ਸਾਂਝਾ ਕੀਤਾ ਗਿਆ ਸੀ। ਇਹਦੇ ਵੀ ਪੇਜ ਦੇ ਪੇਜਾਂ ਦੇ ਜਿਹੜੇ ਸ਼ਾਰਟਸ ਹੈ ਉਹ ਵਿੱਚ ਤੁਹਾਨੂੰ ਦਿਖਾ ਦਿਆਂਗੇ। ਇਹ ਪੂਰਾ ਡਾਟਾ ਲੈ ਕੇ ਬੈਠੇ ਹੋਏ ਆ ਕਿਉਂਕਿ ਗੱਲ ਕੋਈ ਹਵਾ 'ਚ ਨਹੀਂ ਹੋ ਰਹੀ, ਦਾਅਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ, ਕਿਹਾ ਇਹਨਾਂ ਵੱਲੋਂ ਜਾ ਰਿਹਾ, ਜੋ ਡਾਟਾ ਉਹ ਇਹਨਾਂ ਵੱਲੋਂ ਇਕੱਠਾ ਕੀਤਾ ਗਿਆ, ਪਰ ਕਾਰਵਾਈ ਸਿਸਟਮ ਨੇ ਕਰਨੀ ਹੈ, ਪਰ ਕਾਰਵਾਈ ਸਰਕਾਰਾਂ ਨੇ ਕਰਨੀ ਆ। ਸੋ ਸਾਡਾ ਮਕਸਦ ਸਿਰਫ ਇਹ ਚੀਜ਼ ਦਿਖਾਉਣਾ ਸੀ ਕਿ ਜਿਹੜੀ ਗੜਬੜ ਹੋਈ ਆ, ਜਿਹੜਾ ਉਸ ਮੁੰਡੇ ਦੀ ਡੈਥ ਹੋਈ ਆ, ਉਸ ਮੁੰਡੇ ਦੀ ਮੌਤ ਹੋਈ ਆ, ਦਰਦਨਾਕ ਮੌਤ ਕਹਿ ਸਕਦੇ ਹਾਂ, ਕਿਉਂਕਿ ਜਿਸ ਬੱਚੇ ਨੇ ਹਜੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ, ਜਿਸ ਬੱਚੇ ਨੇ ਹਜੇ ਆਪਣੇ ਪਰਿਵਾਰ ਦਾ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਪੈਰ ਰੱਖਿਆ ਸੀ, ਤਾਂ ਉੱਥੇ ਹੀ ਉਸ ਧੀ ਦਾ ਕੀ ਕਸੂਰ ਹੋਊਗਾ, ਉਹਦਾ ਮਾਪਿਆਂ ਦਾ ਕੀ ਕਸੂਰ ਹੋਊਗਾ, ਜਿਨ੍ਹਾਂ ਦਾ ਸੱਜਰਾ ਵਿਆਹਿਆ ਪੁੱਤ ਜਿਹੜਾ ਉਹਨਾਂ ਦੇ ਮੋਢਿਆਂ ਦੇ ਉੱਤੋਂ ਦੀ ਜਿਹੜਾ ਲੰਘ ਗਿਆ। ਹਾਂਜੀ ਬਾਈ, ਕੀ ਕਹਿਣਾ ਚਾਹੀਦਾ? ਇਹਦੇ ਵਿੱਚ ਜਿਹੜੀ ਉਹ ਵੀਰ ਦੀ ਡੈਥ ਹੋਈ ਆ, ਉਹਦੇ ਵਿੱਚ ਉਹ ਡਰਾਈਵਰ ਨੇ ਰਿਕਾਰਡਿੰਗ ਕੀਤੀ ਆ, ਮੈਂ ਤੁਹਾਨੂੰ ਦੇ ਦੂੰਗਾ, ਕਾਫੀ ਚੈਨਲਾਂ 'ਤੇ ਚੱਲੀ ਵੀ ਆ। ਉਹਨੇ ਇਹਨਾਂ ਦੇ ਹਾੜੇ ਕੱਢੇ ਵੀ, ਤੁਹਾਨੂੰ ਪਤਾ ਸਰਕਾਰੀ ਹਸਪਤਾਲਾਂ ਦਾ ਸਿਸਟਮ ਉਹ ਨਹੀਂ ਹੈਗਾ, ਸੀਰੀਅਸ ਕੇਸਾਂ ਦੇ ਵਿੱਚ ਸਰਕਾਰੀ ਹਸਪਤਾਲ ਵੀ ਪ੍ਰਾਈਵੇਟ ਰੈਫਰ ਕਰਦੇ ਆ, ਤਾਂ ਉਹਨੇ ਬੜੇ ਇਹਨਾਂ ਦੇ ਹਾੜੇ ਕੱਢੇ ਵੀ ਸਾਨੂੰ ਪ੍ਰਾਈਵੇਟ, ਮੇਰੇ ਗਵਾਂਢ ਦਾ ਮੁੰਡਾ ਇਹ ਪਟਵਾਰੀ ਸਾਹਿਬ ਹੈ, ਪਟਵਾਰੀ ਦਾ ਬੇਟਾ ਇਹ, ਉਹਨਾਂ ਨੂੰ ਲੈ ਜਾਂਦੇ ਹੋ ਦਿੱਲੀ ਹਾਰ 'ਚ, ਤਾਂ ਉਹਨਾਂ ਨੇ ਬਾਈ ਜੀ ਘੱਟੋ ਘੱਟ 10-8 ਮਿੰਟ ਸਾਡੀ ਉਹ ਫੋਨ 'ਤੇ ਉਹਨਾਂ ਨੇ ਵੇਟ ਕਰਵਾਈ, ਉਹ ਪਰਮਿਸ਼ਨ ਨਹੀਂ ਦਿੱਤੀ। ਦੂਸਰੀ ਗੱਲ ਇਹਦੀ ਸਪੀਡ ਦੀ ਆ, ਉਹ ਵੀ ਸਾਡੇ ਕੋਲ ਰਿਕਾਰਡਿੰਗ ਆ, ਇੱਕ ਹੈੱਡ ਇੰਜਰੀ ਵਾਲਾ ਪੇਸ਼ੈਂਟ ਸਾਡਾ ਡਰਾਈਵਰ ਲੈ ਕੇ ਜਾ ਰਿਹਾ, ਸਾਡਾ ਸਟਾਫ, ਇਹਨਾਂ ਨੇ ਵਾਰ ਵਾਰ ਉਹਨਾਂ ਨੇ ਕਿਹਾ ਵੀ ਸਪੀਡ ਲਿਮਿਟ 80 'ਤੇ ਜਾ ਰਹੀ ਆ ਸਰ, ਤੁਸੀਂ 70 ਤੋਂ ਥੱਲੇ ਕਰੋ। ਉਹ ਕਹਿ ਰਿਹਾ ਜੀ ਸੀਰੀਅਸ ਆ, ਨਹੀਂ ਜੀ ਇਹਨੂੰ 60 ਤੋਂ ਕਿਉਂ ਰੱਖਦੇ ਆ, ਇਹਦੀ ਐਵਰੇਜ ਦਾ ਚੱਕਰ। ਇਸੇ ਕਾਰਨ ਕਦੇ ਸਪੀਡ ਦੀ, ਐਂਬੂਲੈਂਸ ਦੀ ਸਪੀਡ ਆ ਜਿਹੜੀ ਲਿਮਿਟ ਕਦੇ ਨਿਰਧਾਰਿਤ ਨਹੀਂ ਹੋਣੀ ਚਾਹੀਦੀ, ਕਿ ਅਸੀਂ ਮਰੀਜ਼ ਨੂੰ ਮਾਰਨ ਲਈ ਫਿਰ ਅਸੀਂ ਵਿੱਚ ਉਹਦੇ ਸ਼ਮੂਲੀਅਤ ਆ ਸਾਡੀ।
ਕਿ ਇਹ ਕੰਪਨੀ ਦੀ ਸ਼ਮੂਲੀਅਤ ਆ। ਲੋਕ ਕਹਿ ਦਿੰਦੇ ਆ ਸਾਨੂੰ ਤੁਸੀਂ ਹੁਟਰ ਤੇਜ਼ ਆ, ਤੁਸੀਂ ਹੌਲੀ ਹੋ, ਪਰ ਇਹਦੇ ਕਾਰਨਾਂ ਦਾ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ। ਇਹ ਲੁੱਟ ਕਰ ਰਹੀ ਆ ਕੰਪਨੀ, ਇਹ ਬਾਰ ਬਾਰ ਆਪਣੇ ਡੀਜ਼ਲ ਬਚਾਉਣ ਦੇ ਚੱਕਰ 'ਚ, ਐਵਰੇਜ ਦੇ ਚੱਕਰ 'ਚ, ਜੇ ਕੋਈ ਮਰੀਜ਼ ਬਚਦਾ ਉਹਨੂੰ ਵੀ ਇਹਦੇ ਕੋਲ ਮਾਰਨ ਦੇ ਇਹਨਾਂ ਕੋਲ ਸਾਧਨ ਹੈਗੇ ਆ ਵੀ ਕਿੱਦਾਂ ਉਹਨੂੰ ਹੌਲੀ ਸਪੀਡ 'ਤੇ ਕਿੱਦਾਂ ਬਿਨਾਂ ਆਕਸੀਜਨ ਮਾਰਨਾ, ਕਿੱਦਾਂ ਬਿਨਾਂ ਦਵਾਈਆਂ ਦਿੱਤਾ, ਇਹ ਕੰਪਨੀ ਮਾਰਦੀ ਹੈ। ਇੱਕ ਬਾਈ ਜੀ ਆਹ ਦੇਖੋ, ਆਹ ਫਰੀਦਕੋਟ ਹੈ, PB 65AB 5112। ਇਹ ਗੱਡੀ 8123 ਤੋਂ ਥਾਣਾ ਜੈਤਵਾਲ ਵਿਖੇ ਖੜੀ ਹੈ ਅਤੇ ਇਹਦੀ ਹਾਜ਼ਰੀ ਲੱਗ ਰਹੀ ਹੈ। ਇਹ ਬਾਰ ਬਾਰ ਅਸੀਂ ਅਧਿਕਾਰੀਆਂ ਨੂੰ ਦੱਸ ਚੁੱਕੇ ਹਾਂ, ਪਤਾ ਨਹੀਂ ਕਿੰਨੀਆਂ ਲਿਸਟਾਂ ਜਿਹੜੀਆਂ ਸਾਲ ਸਾਲ ਤੋਂ ਗੱਡੀਆਂ ਬੰਦ ਹੈ ਉਹਨਾਂ 'ਤੇ ਹਾਜ਼ਰੀ ਲਾਈ ਜਾ ਰਹੀ ਹੈ। ਇਹ ਜਾਂਚ ਦਾ ਵਿਸ਼ਾ ਨਹੀਂ, ਸਿੱਧਾ ਹੀ ਪਰਚਾ ਬਣਦਾ, ਜਾਂਚ ਕੀ ਕਰਨੀ ਹੈ, ਸਿੱਧਾ ਪਰਚਾ ਬਣਦਾ, ਪਰ ਇਹਨਾਂ 'ਤੇ ਕਰ ਨਹੀਂ ਰਹੇ। ਤਾਂ ਸਰਕਾਰ ਅੱਗੇ ਸਵਾਲ ਹੈ ਸਾਡੇ, ਅਸੀਂ ਗਲਤ ਹੈ ਜੋ ਮਰਜ਼ੀ ਕਰਦੇ ਹੋ, ਪਰ ਘੱਟੋ ਘੱਟ ਮਾਨ ਸਾਹਿਬ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਇਹ ਸਿਹਤ ਸਹੂਲਤਾਂ 'ਚ ਅੱਜ ਜੇ ਚਿਰਾਗ ਬੁਝਿਆ ਕਿਸੇ ਧੀ ਪੁੱਤ ਦਾ ਅਤੇ ਕਿਸੇ ਘਰ ਦਾ, ਤਾਂ ਉਹ ਕੱਲ੍ਹ ਨੂੰ ਉਹ ਚਿਰਾਗ ਨਾ ਬੁਝੇ। ਅਸੀਂ ਇਸੇ ਆਸ 'ਚ ਤੁਹਾਨੂੰ ਅਪੀਲ ਕਰਦੇ ਹਾਂ ਵੀ ਉਹ ਦਿਨ ਦੁਬਾਰੇ ਕਿਸੇ ਪਰਿਵਾਰ ਨੂੰ ਨਾ ਦੇਖਣੇ ਪੈਣ ਜਿਹੜੇ ਕੱਲ੍ਹ ਕੋਟ ਭਾਈ ਦੇ ਪਰਿਵਾਰ ਬਿਲਕ ਰਿਹਾ, ਉਹਨਾਂ ਦਾ ਪਰਿਵਾਰ ਜੋ ਬਿਲਕ ਰਿਹਾ ਉਹ ਪਰਿਵਾਰ ਹੋਰ ਨਾ ਮਿਲ ਕੇ, ਸਾਡੀ ਹੱਥ ਬੰਨ ਕੇ ਬੇਨਤੀ ਹੈ। ਸੋ ਸਾਡਾ ਮਕਸਦ ਸਿਰਫ ਇਹ ਜਾਣਕਾਰੀ ਤੁਹਾਡੇ ਤੱਕ ਲਿਆਉਣਾ ਸੀ ਕਿ ਆਖਰ ਕਾਰਨ ਕੀ ਹੋਏ, ਜੋ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ, ਜੋ ਇਹਨਾਂ ਵੱਲੋਂ ਕਿਹਾ ਗਿਆ। ਬਾਕੀ ਕਾਰਵਾਈਆਂ ਸਰਕਾਰਾਂ ਨੇ ਕਰਨੀਆਂ, ਮੀਡੀਆ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਮੁੱਦੇ ਨੂੰ ਜਾਂ ਉਸ ਘਟਨਾ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਦੇਣਾ, ਸਰਕਾਰਾਂ ਦੇ ਅੱਗੇ ਰੱਖ ਦੇਣਾ, ਉਸ ਤੋਂ ਬਾਅਦ ਕਾਰਵਾਈਆਂ ਸਰਕਾਰਾਂ ਨੇ ਕਰਨੀਆਂ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਆਪਣੇ ਆਪ ਨੂੰ ਇਮਾਨਦਾਰ ਸਰਕਾਰ ਜਿਹੜੀ ਕਹਾ ਰਹੀ ਹੈ ਕਿ ਇਸ ਵਿਸ਼ੇ ਨੂੰ ਕਿ ਜੋ ਇਲਜ਼ਾਮ ਇਹਨਾਂ ਵੱਲੋਂ ਲਗਾਏ ਗਿਆ, ਇਹ ਵੀਰ ਵੱਲੋਂ ਜੋ ਆਵਾਜ਼ ਜਿਹੜੀ ਚੱਕੀ ਗਈ ਹੈ ਕਿ ਇਸ ਦੇ ਉੱਪਰ ਕਾਰਵਾਈ ਹੁੰਦੀ ਹੈ, ਇਹੀ ਦੇਖਣ ਵਾਲੀ ਗੱਲ ਹੋਊਗੀ। ਧੰਨਵਾਦ।